ਬਾਬੇ ਪੁੱਛਦੇ ਹੁਣ ਬਾਕੀ ਬਹਿ ਜਾਂਦਾ ਭਾਈ ਯਾਰ ਕੀ ਗੱਲ ਹੈ ਪਰ ਯਾਦ ਹੋਣ ਵਾਲੇ ਨੂੰ ਯਾਦ ਹੋਣ ਦੀ ਗੱਲ ਹੈਗੀ ਆ ਕਿ ਹੈ ਜੀ ਫਕੀਰ ਤਾਂ ਉੱਥੇ ਪਹੁੰਚ ਜਾਂਦਾ ਜਿੱਥੇ ਕੋਈ ਪਹੁੰਚਦਾ ਨੀ ਹੈ ਲੱਗੀ ਹੋਵੇ ਮੁਰਸ਼ਦ ਨਾਲ ਤੇ ਕਿਸ਼ਤੀ ਡੁੱਬ ਦੇ ਆਹੋ ਸਵਾਦ ਨੀ ਆਉਂਦਾ ਫਿਰ ਹੈ ਕਾਲੇ ਰੰਗ ਦੀ ਗੱਦੀ ਹੋਵੇ ਤੇ ਸਾਧ ਸੰਤ ਦੀ ਮੰਨਤਾ ਹੋਵੇ ਸਾਧ ਸੰਤ ਹੋਵੇ ਗੱਦੀ ਦੇ ਵਿੱਚ ਚੱਲਦਾ ਕਾਲੇ ਰੰਗ ਦੀ ਹੋਵੇ ਗੱਦੀ ਕੋਈ ਆਇਆ ਨਾ ਕੀ ਕਹਿੰਦਾ ਬਾਬੇ ਸਿਆਣੇ ਚੇਲੇ ਦੇਖਦੇ ਬਿਮਾਰ ਤੁਹਾਡੇ ਸਾਧ ਸੰਤ ਹੈਗਾ ਉਹ ਚੋਨਾ ਦੀ ਇਹਦੇ ਨਾਲ ਕੱਬਾ ਸਾਧ ਬਾਲੀਆਂ ਹੋ ਜਾ ਮਾਰਦਾ ਕਹਿੰਦਾ ਕਾਲੀ ਕਾਲੀ ਕਰਨ ਵਾਲੇ ਦੇ ਪੱਲੇ ਕਾਲੀ ਰਹਿ ਜਾਂਦੀ
ਕਿੱਧਰ ਗਿਆ? ਤੇਰੇ ਨਾਲ ਹੀ ਮਾਈ ਹੈ, ਇੱਥੇ ਮਾਈ ਤੁਹਾਡੇ ਵੀ ਗੱਦੀ ਕਾਲੇ ਲਾਉਂਦੀ ਹੈ ਤੇ ਤੁਹਾਡੇ ਵੀ ਗੱਦੀ ਕਾਲੇ ਲਾਉਂਦੀ ਹੈ। ਹਾਂ ਕਰਨੀਆਂ, ਹਾਂ ਹੀ ਆਉਣਾ। ਸਾਧ ਸੰਤ ਦੀ ਮੰਨਤਾ ਕੰਨੀ ਮੁੰਦਰਾਂ ਬਲੋਰੀ ਹੁਣ ਪਾਰੀਆਂ ਜਦੋਂ ਬੱਬੂ ਅਤੇ ਸੁਖੀ ਦੀਆਂ ਗੱਲ ਸੋਚੀ ਬੈਠਾ ਜਦੋਂ ਫਕੀਰ ਮਿਲਦੇ ਜਾਂ ਮੌਤ ਮਿਲਦੇ ਕਹਿੰਦੇ ਹਾਂ ਬੋਲ ਕੇ ਜਮਾ ਪਿਓ ਰਹੋ, ਤੁਸੀਂ ਵੀ ਬਾਈ ਹੋਏ ਜਮਾ ਪਿਓ ਰਹੋ।
ਅਸੀਂ ਵੀ ਜਮਾ ਪਿਆ ਹੋਣਾ। ਤੁਸੀਂ ਬਣਾ ਲਿਆ ਬਈ ਹੈ ਕਿੱਥੋਂ ਦਾ? ਸਰਸੇ ਦਾ। ਕੀ ਨਾਂ ਹੈ? ਗੋਲਡੀ। ਚੱਲ ਬਾਬਾ ਚੱਲੀਏ, ਦੇਖਣੀ ਆ ਵੀ ਕਹਾਣੀ ਉਹਨਾਂ ਤੋਂ ਲੋਟ ਨਹੀਂ ਜੇ ਤੁਹਾਡੇ ਤੋਂ ਵੀ ਲੋਟ ਆਈ। ਗੱਲ ਪੱਕੀ ਆ ਕਹਿ ਬਾਬਾ। ਇੱਕ ਬਾਬਾ ਖੇਤਬਾਲ ਕੋਲ ਤੇ ਚੱਲਦਾ, ਕਿਹਦੇ ਚੱਲਦਾ? ਦੋਨਾਂ ਚ ਖੇਤਬਾਲ ਘੋੜਾ ਬਾਬੇ ਦਾ, ਘੋੜਾ ਬਾਬੇ ਦਾ ਦਿੱਤੇ ਲੱਗਦੇ ਆ ਮਾਈ ਕਾਲਕਾ। ਕਹਿੰਦਾ ਬਾਬਾ ਗੱਦੀ ਕੌਣ ਦਿਲ ਤੇ ਵੀ ਚੱਲਦੀ ਹੈ? ਜੱਦੀ ਪਿੰਡ ਹੋਰ ਆਪਣੇ ਇੱਥੇ ਹੀ ਜੱਦੀ
ਇੱਕ ਗੱਲ ਅਸੀਂ ਸੁਣਿਆ, ਭਗਵੇਂ ਬਾਣੀ ਦਾ ਸਾਧ ਤੁਹਾਡੇ ਵੀ ਹੈ, ਕਾਲੇ ਬਾਣੀ ਦਾ ਨਾਥ ਤੁਹਾਡੇ ਵੀ ਹੈ, ਤੇਰੇ ਦੋ ਸਾਧ ਹੈ, ਇੱਕ ਨਹੀਂ ਹੈ, ਦੋ ਵੀ ਨੀ ਟੋਲਾ ਤੁਰਿਆ ਉਹਨਾਂ ਮਗਰ। ਹਾਂ ਤੈਨੂੰ ਪਤਾ ਗੱਡੀ ਪਿਓਰ ਕਾਲੇ ਹੁੰਦੀ ਹੈ, ਹੋਰ ਕਦੇ ਪਤਾ ਨੀ ਜਿੰਨਾ ਪਤਾ ਹੁੰਦਾ। ਤੂੰ ਵੀ ਗੁਰੂ ਬਣਾਇਆ ਕਿਉਂਕਿ ਉਹ ਜੀ ਗੱਲ ਵਾਲਾ ਮੇਰੇ ਕੋਲ ਨਹੀਂ, ਫਿਰ ਅੱਜ ਦੱਸ ਕੇ ਜਾਵਾਂਗੇ, ਦੱਸ ਕੇ ਜਾਵਾਂਗੇ ਵੀ ਹਾਂ ਅਸਲ ਗੱਲ ਕੀ ਦੀ ਆ। ਬੈਟਰੀ ਲੋਕੀ ਬੈਠਾ ਹੁਣ ਵੀ ਟੱਕਰਾਂ ਮਾਰਦਾ ਵੀ ਉਹ ਲੱਭ ਲਾ, ਉਹ ਲੱਭ ਲੈ ਲਿਆ ਮੈਨੂੰ, ਪਰ ਮੇਰਾ ਫਕੀਰ ਕਹਿੰਦਾ ਉਹ ਜਿੰਨਾ ਭੱਜਿਆ ਨਾ ਤੇ ਉਹਨਾਂ ਥੱਲੇ ਆ ਗਿਆ। ਕਹਿ ਅੱਜ ਘਰ ਘਰ ਨੀ ਰਿਹਾ, ਅੱਜ ਘਰ ਤੇ ਜੀ ਜੀ ਨੀ ਰਹੇ ਉਹ, ਕਹਿ ਅੱਜ ਘਰ ਟੁੱਟਿਆ ਫਿਰਦਾ ਸਾਡਾ, ਕਹਿ ਦਿਨ ਰਾਤ ਰੋ ਰੋ ਕੱਟਦੇ ਹੋ ਚੈਨ ਦੀ ਸਕੂਨ ਦੀ ਨੀਂਦ ਨਹੀਂ ਆਉਂਦੀ, ਕਹਿ ਰਿਹਾ ਕਹਿੰਦੇ
ਹੱਕ ਕੇ ਤਾਨਿਆ ਤੂੰ ਪੀਰ ਨੂੰ ਮੰਨਣਾ ਵੀ ਛੱਡ ਤਾ ਵੀ ਜਦੋਂ ਤੂੰ ਇਹਨਾਂ ਨੂੰ ਸਿੱਧੇ ਨੀ ਕਰ ਸਕਦਾ ਮੈਂ ਨਹੀਂ ਮੰਨਦੀ ਇੱਕ ਕੋਈ ਨਾਮ ਸ਼ਬਦ ਲੈ ਲਿਆ ਸੀ ਕਿਹਨੂੰ ਲੈ ਲਿਆ ਸੀ ਹੁਣ ਇੱਕ ਐਂ ਗੱਲ ਦੱਸ ਦੇ ਕੁੜੀ ਹੈ ਤੁਸੀਂ ਮਿਲਿਆ ਤੁਹਾਡੀ ਗੱਡੀ ਕਿੱਦਾਂ ਨੀ ਚੱਲਦਾ ਨਾ ਸੁਣਿਆ ਇਹਦਾ ਕੋਈ ਲੈਣ ਦੇਣ ਕੀਤਾ ਤੁਸੀਂ ਉਹ ਦਿਨ ਗਿਆ ਤੁਹਾਡਾ ਸੰਭਲੀ ਨੀ ਕਰਦੇ ਉਹ ਤੋਂ ਪਹਿਲਾਂ ਜਿਹੜੀ ਕੈਚੀ ਪਾਉਣ ਵਾਲਾ ਬਿਨਾਂ ਗੁਰੂ ਤੋਂ ਸੇਵਾ ਕਰਦੀ ਸੀ ਰੰਗਾ ਜਦੋਂ ਗੁਰੂ ਵਾਲੀ ਹੋ ਗਈ ਉਦੋਂ ਭੰਗਾ ਹੋ ਗਿਆ ਬਾਬਾ ਕਹਿੰਦਾ ਇੱਕ ਦੋ ਤਿੰਨ ਤੇ ਚਾਰ ਚੌਥੀ ਪੀੜੀਆਂ ਤੋਂ ਗੱਲ ਚੱਲੀ ਹੋਈ ਆ ਮੋਹਰ ਲੱਗੀ ਹੋਈ ਆ ਚੌਥੀ ਪੀੜੀ ਤੁਹਾਡੇ ਘਰ ਦਾ ਫਕਰ ਫਕੀਰ ਸਾਧ ਸੰਤ ਕਹਿ ਤੁਹਾਡੇ ਘਰ ਦਾ ਜਿਹੜਾ ਮੁੱਢ ਚੱਲਦਾ ਜਿਹਦਾ ਆਥਾ ਲੱਗਦਾ ਜਿਹਦੇ ਲੱਡੂ ਲਾਣਾ ਜਿਹਦੀ ਦੇਖ ਰਾਹੀ ਲਾਣਾ ਜਿਹਦੀਆਂ ਸੈਂਟਾਂ ਲਾਣਾ ਕਹਿ ਹੈਗਾ ਹੈਗਾ ਇਹੀ ਰੂਪੜਾ ਸੀਟੀਆਂ ਵਾਲਾ ਅੱਜ ਤੱਕ ਕਿਸੇ ਨੇ ਫੜੇ ਨਹੀਂ ਸੀਟੀਆਂ ਮਾਰਦਾ ਫਿਰਦਾ ਇਹ ਰਾਹ ਪਾਓ ਗੱਲ ਦਾ ਸਮਾਈ ਗੱਲ ਸੱਚੀ ਹੈ ਕਿ ਝੂਠੀ ਆ ਹੈ ਹੈਗੀ ਆ ਹੈਗੀ ਆ ਜਿੱਦਾਂ ਝੂਠੀ ਹੋਈ ਇੱਕ ਵੀ ਨਾ ਕਹਿ ਦੀ ਆ ਸੰਗਤ ਖੜੀ ਆ ਆ ਸੰਗਤ ਦੀਆਂ ਦੁਆਵਾਂ ਨਾਲ ਇਹਨਾਂ ਦੇ ਬੋਲਣ ਨਾਲ ਹੀ ਕੁਛ ਨਿਕਲਣੀ ਆ ਇੱਕ ਗੱਲ ਮੈਥੋਂ ਦੇਖ ਇੱਕ ਗੱਲ ਸੋਲੀ ਫਿਰਾ ਦੇਖ ਮੈਂ ਇੱਕੋ ਗੱਲ ਕਹਿੰਦਾ ਵੀ ਜਦੋਂ ਪੁੱਛ ਲਈਏ ਨਾ ਦੱਸੀਏ ਨਾ ਭਾਂਡੇ ਨੂੰ ਖੜਕਾ ਕੇ ਦੇਖ ਲਈਏ ਵੀ ਭਾਂਡੇ ਚ ਦਮ ਹੈਗਾ ਕਿ ਹੈ ਨੀ ਠੋਕੀਆਂ ਦਾ ਨੀ ਮਾਰੀ ਜਾਂਦਾ ਕਿਤੇ ਹੈ ਇੱਕ ਗੱਲ ਹੋਰ ਕਹਿੰਦਾ ਫਕੀਰਾਂ ਦੇ ਪਿੱਛੇ ਲੱਗ ਕੇ ਤਾਂ ਮਾਈ ਤੁਸੀਂ ਬਹੁਤ ਕੁਛ ਕਰ ਲਿਆ ਪਰ ਇੱਕ ਗੱਲ ਦੱਸਦੀ ਵੀਰਾ ਜਿੱਦਾਂ ਦੀ ਆਪਦੀ ਨੀਤ ਕਿਹੜਾ ਹਰ ਕੋ ਸੁੱਖਾ ਹੁਣ ਮੈਂ ਤੈਨੂੰ ਦੱਸਾਂ ਹੁਣ ਇੱਧਰ ਸੁਣ ਲਾ ਸੌਖਾ ਕਿਵੇਂ ਆ ਹੁਣ ਮੈਂ ਦੱਸੂ ਤੈਨੂੰ ਤੂੰ ਤਾਂ ਕਹਿਤਾ ਮਾਈ ਤੂੰ ਵੀ ਕਹਿਤਾ ਠੀਕ ਆ ਸੌਖੇ ਅੱਜ ਆਪੀ ਆਏ ਵੀ ਘਰ ਤੇ ਉਹ ਬਰਕਤ ਨੀ ਰਹੀ ਘਰ ਤੇ ਉਹ ਵਾਧਾ ਨੀ ਰਿਹਾ ਘਰ ਚ ਕਮਾਈ ਨੀ ਰਹੀ ਪੈਸਾ ਖੜਦਾ ਨੀ ਕਰਜ਼ਿਆਂ ਨੂੰ ਕਰਜ਼ਾ ਚੜ ਗਿਆ ਫਿਰ ਕੀ ਕਰਾਣਾ ਇਹ ਜੀ ਫਕੀਰ ਦਾ ਜਿਹੜਾ ਕਰਜ਼ੇ ਦੀ ਡੋਰ ਦੇ ਤੇਰੇ ਕੋਲ ਬਾਬਾ ਆਏ ਹੋਣਗੇ ਮੇਰੇ ਕੋਲ ਤਾਂ ਪਹਿਲੀ ਵਾਰੀ ਆਇਆ ਹੈ
ਟਿਕਾਣੇ ਵਾਲਾ ਪਹਿਲਾਂ ਮੈਂ ਟਿਕਾਣੇ ਵਾਲਾ ਪਹਿਲਾਂ ਸਾਧ ਲਿਆਂਦਾ ਚੱਕ ਕੇ ਮੋੜੀ ਕਹਿ ਟਿਕਾਣੇ ਵਾਲਾ ਸੀਗਾ ਮਾਤਾ ਠੀਕ ਆ ਦੇਖ ਜਿੱਥੋਂ ਜਿੱਥੋਂ ਚੱਲਿਆ ਜਿੱਥੋਂ ਤੁਰਿਆ ਮਾਤਾ ਉੱਥੋਂ ਗੱਲ ਚੱਕ ਕੇ ਲਿਆਂਦੀ ਜੇ ਝੂਠੀ ਇੱਥੇ ਕਹਿ ਦੋ ਨਾ ਮੈਂ ਤਾਂ ਫੇਰ ਪੁੱਛ ਦਊਂਗੇ ਸੱਚੀ ਆ ਖੌਫ ਮੈਨੂੰ ਵੀ ਨੀ ਕਿਸੇ ਦਾ ਪਰ ਇੱਕ ਗੱਲ ਹੁਣ ਫਕੀਰ ਕਹਿੰਦਾ ਕਹਿੰਦਾ ਲੋਕਾਂ ਨੂੰ ਦਊਂਗੇ ਕਹਿ ਦੋ ਜਾਂ ਤੜਕੇ ਨੂੰ ਆਏ ਹੋਏ ਤੇ ਤੜਕੇ ਨੂੰ ਚੰਨ ਚੜ ਜਾਂਦਾ ਲੋਕ ਕਹਿੰਦੇ ਵਾਹ ਵਾਹ ਫਕੀਰ ਹੈ ਤੇ ਬਾਬਾ ਆਪ ਔਖਾ ਹੋਇਆ ਹੈ ਹੁਣ ਕਮੀਆਂ ਕਿਹਦੀਆਂ ਹੁਣ ਇਹ ਲੱਭੀ ਆਪਾਂ ਹਨਾ ਹੁਣ ਕਮੀਆਂ ਕਿਹਦੀਆਂ ਬਾਬਾ ਕਹਿੰਦਾ ਓਏ ਬਥੇਰੇ ਜਵਾਨ ਨੇ ਫੁੱਲ ਤਾਰਦੇ ਥੋੜੀ ਪਰ ਜਵਾਨ ਨੇ ਫੁੱਲ ਤਾਂ ਤਾਰਦੇ ਤੇ ਜਿਹੜੇ ਉਹਨਾਂ ਨੇ ਸੁੱਖਾਂ ਫਿਰਨੀਆਂ ਉਹ ਕੌਣ ਤਾਰੂਆ ਦੱਸੋ ਕਹੋ ਹੁੰਦਾ ਰਹੂ ਤੇਰੀ ਜਵਾਨ ਤੇ ਫੁੱਲ ਚੜ੍ਹਦੇ ਚੜ੍ਹਦੇ ਰਹਿਣਗੇ ਸਾਧ ਦਾ ਬੱਚਾ ਮਾੜਾ ਮੋਟਾ ਵੀ ਗੱਦੀ ਸਾਧਾ ਸੰਤਾਂ ਦੀ ਗੱਦੀਆਂ ਤੁਹਾਡੇ ਨਾਥਾਂ ਦੇ ਭੇਖ ਰਹੇ ਆ ਤੁਹਾਡੇ ਹੈ ਪਰ ਅੱਜ ਤਾਈ ਇਹ ਕਹਿੰਦਾ ਨਾਥਾਂ ਦੇ ਭੇਖ ਹੋਈ ਸਾਂਭ ਸਕਦਾ ਕਿਤੇ ਅੱਗੇ ਨਾਥ ਖੜੇ ਮੈਂ ਤਾਂ ਦੱਸਦਾ ਜੇ ਮੈਂ ਪਹਿਲਾਂ ਦੱਸੀ ਨੀ ਮਾਂ ਮੇਰੀ ਇਹ ਗੱਲ ਸੁਣੋ ਪਹਿਲਾਂ ਦੱਸੀ ਨੀ ਮੈਂ ਵੀ ਘਰ ਦਾ ਘਰ ਨੀ ਰਿਹਾ ਜਿਹਦੇ ਜੀ ਟੁੱਟੀ ਜਾਂਦੇ ਆ ਹੈ ਘਰ ਦੇ ਵਿੱਚ ਅੱਜ ਉਹ ਰੌਣਕ ਨੀ ਰਹੀ ਉਹ ਰੋਟੀਆਂ ਨੀ ਰਹੀਆਂ ਜਿਹੜੀਆਂ ਸੌਖੀਆਂ ਇੱਕ ਥਾਲੀ ਖਾਂਦੇ ਸੀ ਇਹ ਤਾਂ ਮੈਂ ਕਹਿ ਦਿੱਤੀ ਸੀ ਪਹਿਲਾਂ ਸੁਣਨ ਵਾਲੀਆਂ ਸੁਣੋ ਕਹਿ ਬਾਬਾ ਸੱਚੀ ਕਹਿ ਲੂ ਫਿਰ ਤੈਨੂੰ ਮਿਰਚਾਂ ਨਾ ਲੱਗਦਾ ਇੱਕ ਪਰਦਾਦਾ ਬਣਿਆ ਹੁੰਦਾ ਸੰਤ ਫਕੀਰ ਬਣਿਆ ਹੁੰਦਾ ਦਾਦਾ ਪਰਦਾਦਾ
ਪੜਦਾਦਾ ਤੇਰਾ ਚਟਾਲਾ ਚਟਾਲਾ ਸਾਧ ਚਾਦਰੇ ਵਾਲਾ ਸਾਧ ਖੂੰਡੇ ਵਾਲਾ ਸਾਧ ਕਾਲੇ ਰੰਗ ਦਾ ਸਾਧ ਇੱਕ ਐ ਗੱਲ ਦੱਸੀ ਸੱਚੀ ਜੇ ਤੈਨੂੰ ਕਿਸੇ ਨੇ ਪਹਿਲਾਂ ਦੱਸਿਆ ਹੋਵੇ ਜਾਂ ਤੈਨੂੰ ਛਾਲੇ ਹੋਵੇ ਇੱਕ ਬੋਤਲ ਉਰਦਾ ਲੱਗਦਾ ਕਦੇ ਕਿਸੇ ਨੇ ਕਿਹਾ ਅੱਗੇ ਬਾਬਾ ਪਿੱਕੀ ਸਾਈ ਆਖੀਆਂ ਦਾ ਜਿਹੜਾ ਵੀ ਛਾਪਾਂ ਦੇ ਕੇ ਜਾਈਦਾ ਹੁੰਦਾ ਆਪਦੇ ਪੈਰ ਤੇ ਆਪ ਕੁਹਾੜੀ ਮਾਰ ਲਈ ਤੇਰੇ ਫਕੀਰ ਨੇ ਤੈਨੂੰ ਆਵਾਜ਼ ਮਾਰੀ ਸੀ ਪੁੱਤ ਸੰਭਲ ਤੇ ਉਦੋਂ ਕਿਉਂ ਨਾ ਬੱਲਾ ਸਾਂਭਿਆ ਕਹਿ ਤੂੰ ਠੀਕ ਹੈ ਸੱਚੀ ਹੈ ਮਾਰੋ ਤਾੜੀ ਫਕੀਰ ਦੇ ਨਾਂ ਤੇ ਇੱਥੇ ਵੀ ਮੁੱਠੀਆਂ ਘੁੱਟ ਕੇ ਬੈਠੀਆਂ ਸਾਧ ਹੁਜਾ ਮਾਰਦਾ ਸੀ ਪਰ ਤੇਰੀ ਪੇਸ਼ ਨਹੀਂ ਚੱਲਣ ਦਿੰਦਾ ਪਰ ਇੱਕ ਗੱਲ ਦੱਸੀ ਤੇਰੇ ਘਰ ਦੇ ਵਿੱਚ ਇੱਕ ਬੱਚੇ ਨੂੰ ਮਸਲਾ ਵੀ ਆਉਂਦਾ ਤੁਸੀਂ ਮੰਨਦੇ ਹੋ
ਬੋਲੋ ਤੁਹਾਨੂੰ ਨੀ ਪਤਾ ਨਾ, ਸਾਡੇ ਤੋਂ ਪੁੱਛ ਲੋ ਜਿਹੜੀ ਨਹੀਂ ਪਤਾ। ਤੁਹਾਡਾ ਬੇੜਾ, ਤੁਹਾਡਾ ਨਗਰ, ਤੁਹਾਡਾ ਪਿੰਡ, ਠੀਕ ਆ, ਜਿਹੜੇ ਪੈਰੋਂ ਪਿੰਡ ਵਸਿਆ, ਕਹਿ ਉਸ ਨਗਰ ਦੇ ਤੁਸੀਂ ਹੋ ਵਾਸੀ, ਹੈ ਕਿ ਹੋ ਹੈ। ਸਾਧ ਖੜਗਾ ਸੇਖੂ ਵਾਲਾ, ਜਿਹਦਾ ਅੱਜ ਤਾਈਂ ਕਿਸੇ ਨੇ ਪੱਲਾ ਨੀ ਫੜਿਆ, ਜਿਹਦਾ ਅੱਜ ਤਾਈਂ ਕਿਸੇ ਨੇ ਨੜ ਨੀ ਫੜਾਇਆ, ਸਾਧ ਮੰਗੀ ਖੜਾ ਮੁਰਗਾ ਤੇ ਬੋਤਲ, ਬੋਲੋ ਦਿੱਤਾ ਕਦੇ ਹੈ? ਤੁਸੀਂ ਉਸ ਮਿੱਟੀ ਦੇ ਉਸ ਖੇੜੇ ਦੇ ਹੋ ਸਾਧ ਦੇ, ਤੁਸੀਂ ਕਦੇ ਗੱਠ ਜੋੜਾ ਜਾ ਕੇ ਕਦੇ ਉੱਥੇ ਸੁੱਖ ਸਿਰ ਨੀ ਦਿੱਤੀ ਸੀ, ਨਹੀਂ ਦਿੱਤੀ ਕਹਿ ਬਾਬਾ। ਤੁਹਾਨੂੰ ਪਤਾ, ਤੁਸੀਂ ਜਾਣਦੇ ਹੋ ਨਾ ਜਾਣਦੇ ਹੋ ਸਾਹਿਬ ਦਾ, ਤੁਸੀਂ ਨਾਂ ਵੀ ਕਿਵੇਂ ਕਹਿ ਦੋਗੇ? ਬੀਬੀ ਪਿੰਡ ਛੱਡ ਕੇ, ਖੇੜਾ ਛੱਡ ਕੇ ਜਾ ਕੇ ਪ੍ਰਦੇਸ਼ਾਂ ਚ ਵਸਣ ਲੱਗੀ, ਉੱਥੇ ਐਸਾ ਪੱਟਿਆ ਗਿਆ ਖੇੜਾ, ਉਹ ਜੁੜਿਆ ਹੀ ਨਹੀਂ ਘਰ ਮਾਰ, ਜਿਹੜਾ ਘਰ ਜਿਹੜੀ ਰੰਗਤ ਸੀ ਨਾ ਉਹ ਮਾਈ ਜੁੜੀ ਹੋਈ, ਗਏ ਸੀ ਸੌਖੇ ਹਾਂ ਉਹਨਾਂ ਵਾਸਤੇ ਅੱਗੇ, ਪਰ ਉਦੋਂ ਔਖੇ ਹੋ ਗਏ, ਹੋ ਗਏ ਕਿ ਨਹੀਂ ਵਿਆਹ? ਬੀਬੀ ਇੱਕ ਗੱਲ ਦੱਸੀ, ਆ ਖੇਡ ਜਿੱਤਣੀ ਤੇ ਬਣੀ।